ਪੁਰਾਣੇ ਗੁਰੂ ਮਹਾਰਾਜ, ਓਮ ਨਮਃ ਸ਼ਿਵਾਏ ਸ਼ਿਵ ਜੀ ਸਦਾ ਸਹਾਏ, ਓਮ ਨਮਃ ਸ਼ਿਵਾਏ ਗੁਰੂ ਜੀ ਸਦਾ ਸਹਾਏ। ਸਤਿ ਸ਼੍ਰੀ ਅਕਾਲ ਗੁਰੂ ਜੀ, ਸਾਧ ਸੰਗਤ ਜੀ। ਅੱਜ ਜਿਸ ਸ਼ਬਦ ਦੀ ਵਿਆਖਿਆ ਕਰਨ ਦਾ ਹੁਕਮ ਹੋਇਆ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 487 'ਚੋਂ ਲਿਆ ਗਿਆ ਹੈ, ਜੋ ਹੈ ਗੋਵਿੰਦ 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 ਸੰਗ ਨਾਮ ਦਿਓ ਮਨ ਲੀਨਾ। ਗੋਵਿੰਦ 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 ਸੰਗ ਨਾਮ ਦਿਓ ਮਨ ਲੀਨਾ, ਜਿਸ ਦਾ ਅਰਥ ਹੈ, ਰਾਓ ਹੇ ਸੰਜਨੋ, ਭਗਤ ਨਾਮਦੇਵ ਜੀ ਦਾ ਮਨ ਸਦਾ ਪਰਮ ਪਿਤਾ ਪਰਮੇਸ਼ਵਰ ਗੋਵਿੰਦ ਸਿੰਘ ਜੀ ਦੇ ਨਾਮ ਦੇ ਸਿਮਰਨ ਦੇ ਨਾਲ ਜੁੜਿਆ ਰਹਿੰਦਾ ਹੈ। ਆੜ ਦਾਮ ਕੋ ਛੀਪਰੋ ਹੋਇਓ ਲਾਖੀ ਨਾ, ਹੇ ਸੰਜਨ ਅਤੀ ਕੌੜੀ ਦ ਗਰੀਬ ਛੀਬਾ ਧੋਬੀ। ਗੋਵਿੰਦ ਪ੍ਰਭੂ ਜੀ ਦਾ ਨਾਮ ਜਪ ਜਪ ਕੇ ਲਖਪਤੀ ਬਣ ਗਿਆ। ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਹੇ ਸੰਜਨ ਕੱਪੜਾ ਉਨੇ ਬੁਨਨੇ ਔਰ ਕੱਪੜਾ ਤਾਨਾ ਤਾਨਨੇ ਦੀ ਲਗਨ ਛੱਡ ਕੇ ਭਗਤ ਕਬੀਰ ਦਾਸ ਜੀ ਨੇ ਆਪਣੀ ਲਗਨ ਪ੍ਰਭੂ ਚਰਨਾਂ ਦੇ ਵਿੱਚ ਲਗਾ ਦਿੱਤੀ। ਨੀਚ ਕੁਲਾ ਜੋਲਾ ਹਰਾ ਭਇਓ ਗੁਣੀ ਗਹੀਰਾ, ਹੇ ਸੰਜਨ ਭਗਤ ਕਬੀਰ ਦਾਸ ਜੀ ਨੀਚ ਜਾਤੀ ਦੇ ਗਰੀਬ ਜੁਲਾਏ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸਿਮਰਨ ਕਰਕੇ ਗੁਨਾ ਦੇ ਸਮੁੰਦਰ ਬਣ ਗਏ। ਰਵਿਦਾਸ ਡੁੰਡਤਾ ਡੋਰ ਨੀਤ ਤਿੰਨ ਤਿਆਗੀ ਮਾਇਆ, ਹੇ ਸੰਜਨ ਭਗਤ ਰਵਿਦਾਸ ਜੀ ਪੈਸੇ ਕਮਾਉਣ ਦੇ ਲਈ ਨਿੱਤੇ ਮਰੇ ਹੋਏ ਪਸ਼ੂਆਂ ਨੂੰ ਧੋਂਦੇ ਸੀ। ਉਹਨਾਂ ਨੇ ਗੁਰੂ ਗੋਬਿੰਦ ਪ੍ਰਭੂ ਜੀ ਦਾ ਨਾਮ ਸਿਮਰਨ ਕਰਕੇ ਮਾਇਆ ਦਾ ਮੋਹ ਤਿਆਗ ਦਿੱਤਾ। ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ, ਹੇ ਸੰਜਨ ਭਗਤ ਰਵਿਦਾਸ ਜੀ ਸਤਸੰਗ 'ਚ ਸਾਧੂ ਸੰਤਾਂ ਦੇ ਨਾਲ ਰਹਿ ਕੇ ਪ੍ਰਸਿੱਧ ਹੋ ਗਏ ਅਤੇ ਉਹਨਾਂ ਨੂੰ ਸਾਕਸ਼ਾਤ ਪਰਮ ਪਿਤਾ ਪਰਮੇਸ਼ਵਰ ਦੇ ਦਰਸ਼ਨ ਹੋ ਗਏ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨੇਹਾ, ਹੇ ਸੰਜਨ ਸੈਨ ਜਾਤੀ ਦਾ ਨਾਈ ਲੋਕਾਂ ਦੇ ਅੰਦਰ ਬਾਹਰ ਦੇ ਛੋਟੇ ਮੋਟੇ ਕੰਮ ਕਰਦਾ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸਿਮਰਨ ਕਰਨ ਨਾਲ ਉਹਦੀ ਘਰ ਘਰ ਸ਼ੋਭਾ ਹੋਣ ਲੱਗ ਗਈ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮਨ ਗਨੀਆ, ਹੇ ਸੰਜਨ ਭਗਤ ਸੈਨ ਜੀ ਦੇ ਹਿਰਦੇ 'ਚ ਪ੍ਰਭੂ ਗੋਬਿੰਦ ਸਿੰਘ ਜੀ ਆ ਕੇ ਵੱਸ ਗਏ ਅਤੇ ਭਗਤਾਂ ਹੋਰੋ ਭਗਤਾਂ 'ਚ ਗਿਣੇ ਜਾਣ ਲੱਗ ਗਏ। ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਹੇ ਸੰਜਨ ਇਸ ਤਰ੍ਹਾਂ ਦੀ ਗੱਲਾਂ ਸੁਣ ਕੇ ਗਰੀਬ ਧੰਨਾ ਜੱਟ ਵੀ ਉੱਠ ਕੇ ਭਗਤੀ ਕਰਨ ਲੱਗ ਗਿਆ। ਮਿਲੇ ਬਤਕ ਗੁਸਾਈਆ ਧੰਨਾ ਵੜ ਭਾਗਿਆ, ਸੰਤੰਨਾ ਜੱਟ ਪਰਮਾਤਮਾ ਦੇ ਸਾਕਸ਼ਾਤ ਦੀਦਾਰ ਦਰਸ਼ਨ ਹੋਏ ਅਤੇ ਉਹ ਅਤਿ ਭਾਗਿਆਸ਼ਾਲੀ ਬਣ ਗਿਆ। ਗੋਵਿੰਦ 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 ਸੰਗ ਨਾਮ ਦਿਓ ਮਨ ਲੀਨਾ, ਹੇ ਸੰਜਨ ਭਗਤ ਨਾਮਦੇਵ ਜੀ ਦਾ ਮਨ ਸਦਾ ਪਰਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸਿਮਰਨ ਦੇ ਨਾਲ ਜੁੜਿਆ ਰਹਿੰਦਾ ਸੀ। ਆੜ ਦਾਮ ਕੋ ਛੀਪੜੋ ਹੋਇਓ ਲਾਖੀਨਾ, ਸੰਜਨ ਅੱਧੀ ਕੌੜੀ ਦਾ ਗਰੀਬ ਛਿੱਬਾ ਧੋਬੀ, ਗੋਵਿੰਦ ਪ੍ਰਭੂ ਜੀ ਦਾ ਨਾਮ ਜਪ ਜਪ ਕੇ ਲਖਪਤੀ ਬਣ ਗਿਆ। ਇਸ ਦਾ ਭਾਅ ਹੈ, ਧੰਨੇ ਜੱਟ ਦੇ ਜਦ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਸ਼ੋਭਾ ਸੁਣੀ, ਧੰਨੇ ਜੱਟ ਨੇ ਜਦੋਂ ਭਗਤ ਨਾਮਦੇਵ ਜੀ ਅਤੇ ਭਗਤ ਕਬੀਰ ਜੀ ਦੀ ਸ਼ੋਭਾ ਸੁਣੀ ਅਤੇ ਸਭ ਸੁਣ ਕੇ ਉਹਨੂੰ ਵੀ ਚਾਅ ਪੈਦਾ ਹੋ ਗਿਆ ਪ੍ਰਭੂ ਜੀ ਦੀ ਭਗਤੀ ਕਰਨ ਦਾ। ਧੰਨੇ ਜੱਟ ਦੀ ਪ੍ਰਭੂ ਭਗਤੀ ਲਗਨ ਦਾ ਅਸਲ ਕਾਰਨ ਸੀ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਅਤੇ ਭਗਤ ਸੈਨ ਜੀ ਦੀ ਸ਼ੋਭਾ ਨੂੰ ਸੁਣਨਾ।
ਵਾਹਿਗੁਰੂ ਜੀ, ਵਾਹਿਗੁਰੂ ਜੀ, ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਮਹਾਰਾਜ, ਓਮ ਨਮਃ ਸ਼ਿਵਾਏ, ਸ਼ਿਵਜੀ ਸਦਾ ਸਹਾਏ, ਓਮ ਨਮਃ ਸ਼ਿਵਾਏ, ਗੁਰੂ ਜੀ ਸਦਾ ਸਹਾਏ।